ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਆਪਣੇ ਕਾਫਲੇ ਦੇ ਰਾਹੀਂ ਜਾ ਰਹੇ ਸੀ ਤੇ ਅਚਾਨਕ ਉਹਨਾਂ ਦਾ ਕਾਫਲਾ ਰੁਕ ਜਾਂਦਾ, ਕਾਰਨ ਕੀ ਸੀ? ਕਿਉਂਕਿ ਉਹਨਾਂ ਦੇ ਹੀ ਭਾਈਚਾਰੇ ਦੇ ਵਿੱਚੋਂ, ਕਲਾਕਾਰ ਭਾਈਚਾਰੇ ਚੋਂ ਜਿਹੜੇ ਕਿ ਮਸ਼ਹੂਰ ਗੀਤਕਾਰ ਨੇ ਬਚਨ ਬੇਦਿਲ, ਉਹ ਖੜੇ ਸੀ ਤੇ ਉਹਨਾਂ ਨੂੰ ਦੇਖਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਰੁਕ ਜਾਂਦੇ ਨੇ। ਤਾਂ ਫਿਰ ਰੁਕ ਕੇ ਉਸ ਤੋਂ ਬਾਅਦ 10 ਤੋਂ 15 ਮਿੰਟ ਦੀ ਮੁਲਾਕਾਤ ਜਿਹੜੀ ਸੜਕ ਕਿਨਾਰੇ ਹੋਈ, ਉਸ ਦੇ ਵਿੱਚ ਕੀ ਗੱਲਾਂ ਬਾਤਾਂ ਹੋਈਆਂ, ਪੰਜਾਬ ਬਾਰੇ ਕੀ ਗੱਲ ਹੋਈ, ਜਾਂ ਫਿਰ ਉਹਨਾਂ ਨੇ ਸਿਰਫ ਤੇ ਸਿਰਫ ਆਪਣੇ ਉਹਨਾਂ ਪੁਰਾਣੇ ਰਿਸ਼ਤਿਆਂ ਨੂੰ ਚੇਤੇ ਕਰਦਿਆਂ ਯਾਦਾਂ ਤਾਜ਼ੀਆਂ ਕੀਤੀਆਂ ਨੇ? ਸਾਰੀ ਗੱਲਬਾਤ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ABC ਪੰਜਾਬ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਦੇ ਨਾਲ ਬਚਨ ਬੇਦਿਲ ਸਾਹਿਬ ਨੇ ਗੱਲਬਾਤ ਕੀਤੀ ਔਰ ਦੱਸਿਆ ਸਾਰਾ ਵਾਕਿਆ ਕਿ ਕਿਵੇਂ ਉਹ ਖੜ੍ਹੇ ਸੀ ਸੜਕ ਕਿਨਾਰੇ ਔਰ ਵੇਖਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਫਲੇ ਨੂੰ ਇਸ਼ਾਰਾ ਕੀਤਾ, ਰੁਕੀਆਂ ਗੱਡੀਆਂ, ਉਸ ਤੋਂ ਬਾਅਦ ਜਿਹੜੀਆਂ ਗੱਲਾਂ ਬਾਤਾਂ ਹੋਈਆਂ, ਉਹ ਕੀ ਕੁਝ ਹੋਇਆ, ਉਹ ਸਾਰਾ ਕੁਝ ਉਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ। ਹਾਂਜੀ ਬੇਦਿਲ ਸਰ, ਹਾਂਜੀ ਹਾਂਜੀ ਬੇਦਿਲ ਸਾਹਿਬ, ਕੱਲ ਕਿੱਥੇ ਖੜੇ ਸੀ ਕਿ ਜਦੋਂ CM ਸਾਹਿਬ ਜਾ ਰਹੇ ਸੀ ਮਾਨਸਾਹਿਬ, ਗੱਡੀਆਂ ਰੋਕੀਆਂ ਤੇ ਫਿਰ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ, ਏਦਾਂ ਲੱਗਦਾ ਕਾਫੀ ਦੋ ਪੁਰਾਣੇ ਵਿਛੜੇ ਯਾਰ ਅਚਾਨਕ ਮਿਲੇ ਨੇ, ਸਬੱਬੀ ਮੇਲ ਹੋਏ ਨੇ? ਹਾਂਜੀ ਹਾਂਜੀ ਹਾਂਜੀ, ਉਹ ਕੱਲ ਮੈਂ ਤਾਂ ਜਾ ਰਿਹਾ ਚੰਡੀਗੜ੍ਹ ਆ ਰਿਹਾ ਸੀ ਜੀ ਜੀ, ਤੋ ਏਅਰਪੋਰਟ ਰੋਡ ਤੇ ਇੱਥੇ ਕਾਫੀ ਪੁਲਿਸ ਦੀ ਨੱਕ ਲੱਗਿਆ ਹੋਇਆ ਸੀ, ਗੱਡੀਆਂ ਖੜੀਆਂ ਸੀ ਜੀ। ਚਲੋ ਮੈਂ ਗੱਡੀ ਤੋਂ ਬਾਹਰ ਨਿਕਲ ਕੇ ਖੜ ਗਿਆ ਜੀ, ਉਹ ਮੈਂ ਦੇਖਿਆ ਕਿ ਉਹ ਕਾਫਲਾ ਸੀ ਜਿਹੜਾ ਮਾਨ ਸਾਹਿਬ ਦਾ ਆ ਰਿਹਾ ਸੀ ਜੀ, ਤੇ ਮਾਨ ਸਾਹਿਬ ਨੇ ਮੈਨੂੰ ਦੇਖ ਲਿਆ ਕਿ ਮੈਂ ਉਹਨਾਂ ਨੂੰ ਫਤਿਹ ਬੁਲਾਈ ਜੀ, ਉਹਨਾਂ ਨੇ ਫਿਰ ਨਾਲ ਹੀ ਗੱਡੀਆਂ ਰੋਕ ਲਈਆਂ ਜੀ, ਤੇ ਬੜੇ ਪਿਆਰ ਨਾਲ ਮਿਲੇ ਜੀ, ਕੁਛ ਗੱਲਾਂ ਬਾਤਾਂ ਵੀ ਕੀਤੀਆਂ ਜੀ, ਤੇ ਬੜਾ ਚੰਗਾ ਲੱਗਿਆ ਕਿਉਂਕਿ ਇਹਨੇ ਬਿਜੀ ਸ਼ਡਿਊਲ ਦੇ ਵਿੱਚ ਉਹ ਜੀ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਜੀ ਇਸ ਤਰ੍ਹਾਂ ਮਿਲਣਾ, ਇਹਨੇ ਪਿਆਰ ਨਾਲ, ਇਹਨੇ ਖਲੂਸ ਨਾਲ ਮਿਲਣਾ ਜੀ ਜੀ, ਤੇ ਚੰਗਾ ਲੱਗਿਆ। ਮਤਲਬ 10-15 ਮਿੰਟ ਫਿਰ CM ਸਾਹਿਬ ਗੱਡੀ ਚੋਂ ਬਾਹਰ ਨਿਕਲ ਕੇ ਪੂਰੀਆਂ ਗੱਲਾਂ ਬਾਤਾਂ ਕੀਤੀਆਂ ਤੁਸੀਂ? ਹਾਂ ਜੀ, ਬਸ ਕੁਛ ਪੁਰਾਣੇ ਮਿੱਤਰਾਂ ਬਾਰੇ, ਹੋਰ ਵੈਸੇ ਫੋਨ ਤੇ ਸਾਡੀ ਗੱਲ ਕਈ ਵਾਰ ਹੋ ਜਾਂਦੀ ਹੈ ਜੀ, ਪਰ ਇਸ ਤਰ੍ਹਾਂ ਸ਼ਰੇ ਬਾਜ਼ਾਰ ਜੀ ਗੱਡੀ ਰੋਕ ਕੇ ਜੀ, ਇਹ ਪਹਿਲੀ ਵਾਰ ਹੋਇਆ ਜੀ, ਤੇ ਕੁਛ ਆਰਟਿਸਟ ਲਾਈਨ ਦੀਆਂ ਗੱਲਾਂ ਚੱਲਦੀਆਂ ਨੇ, ਕੁਛ ਪੁਰਾਣੇ ਮਿੱਤਰਾਂ ਦੋਸਤਾਂ ਦੀਆਂ ਗੱਲਾਂ ਜੀ, ਕਿਉਂਕਿ ਅੱਜ ਕੱਲ ਬੜਾ ਬਿਜੀ ਸ਼ਡਿਊਲ ਆ ਉਹਨਾਂ ਦਾ। ਬਿਲਕੁਲ ਜੀ ਬਿਲਕੁਲ, ਇੰਨਾ ਕੁ ਟਾਈਮ ਵੀ ਕੱਢਣਾ ਬੜਾ ਯਾਨੀ ਕਿ ਕੀਮਤੀ ਸਮੇਂ ਚ ਸਮਾਂ ਕੱਢਣ ਵਾਲੀ ਗੱਲ ਹੈ ਜੀ ਜੀ ਜੀ। ਹਾਂਜੀ, ਮਤਲਬ ਪੁਰਾਣੀਆਂ ਗੱਲਾਂ ਪੰਜਾਬ ਗਾਇਕੀ ਨੂੰ ਲੈ ਕੇ ਜਾਂ ਨਹੀਂ ਨਹੀਂ ਗਾਇਕੀ ਨਹੀਂ, ਕੁਛ ਕੁਛ ਆਰਟਿਸਟਾਂ ਬਾਰੇ ਵੀ, ਉਹਨਾਂ ਦਾ ਕੀ ਹਾਲ ਆ, ਉਹਨਾਂ ਦਾ ਕੀ ਹਾਲ ਆ, ਉਹ ਠੀਕ ਨੇ ਜਿਸ ਤਰ੍ਹਾਂ ਜੀ ਜੀ। ਜਦੋਂ ਬੁਲਾਉਣਗੇ ਫਿਰ ਆਪਾਂ ਜਿੰਨੀ ਕੁ ਫੀਡਬੈਕ ਹੋ ਸਕੇ ਦੇਵਾਂਗੇ ਜੀ। ਮੁੱਖ ਮੰਤਰੀ ਸਾਹਿਬ ਕੋਈ ਗੱਲ ਨੀ, ਕਦੇ ਫੋਨ ਤੇ ਗੱਲ ਕਰ ਲਾਂਗੇ ਫਿਰ ਜੀ ਜੀ, ਪਰ ਉਹਨਾਂ ਦਾ ਦਰਿਆ ਦੇ ਲਈ ਸੀ ਕਿ ਉਹਨਾਂ ਨੇ ਰੋਕ ਕੇ ਮਿਲੇ ਜੀ। ਹਾਂਜੀ ਹਾਂਜੀ, ਮਤਲਬ 10-15 ਮਿੰਟ ਦੇ ਵਿੱਚ ਖੁੱਲ ਕੇ ਗੱਲਾਂ ਹੋ ਹੀ ਜਾਂਦੀਆਂ ਹੈਗੀਆਂ ਜੀ। ਨਹੀਂ 10-15 ਮਿੰਟ ਤਾਂ ਨਹੀਂ, 5-7 ਮਿੰਟ ਹੀ ਖੜੇ ਹੋ ਜੀ ਜੀ, ਤੇ ਹੋਰ ਲਿਖਣ ਲਖਣ ਬਾਰੇ ਪੁੱਛਦੇ ਰਹੇ ਵੀ ਜੀ, ਵੀ ਲਿਖ ਰਹੇ ਹੋ ਅੱਜ ਕੱਲ੍ਹ ਬੁੱਕ ਵਗੈਰਾ ਜੀ, ਪਹਿਲਾਂ ਕਿਤਾਬਾਂ ਵੀ ਵਗੈਰਾ ਉਹਨਾਂ ਨੇ ਮੇਰੀਆਂ ਪੜ੍ਹੀਆਂ ਹੋਈਆਂ ਨੇ ਜੀ ਜੀ, ਮਤਲਬ ਇਸ ਤਰ੍ਹਾਂ ਕੁਛ, ਮਤਲਬ ਤੁਹਾਡੇ ਗਾਣੇ ਵੀ ਉਹ ਸੁਣਦੇ ਰਹੇ ਨੇ ਤੇ ਤੁਹਾਡੀ ਲਿਖਤ ਵੀ ਪੜ੍ਹਦੇ ਰਹੇ ਨੇ। ਹਾਂ, ਮੇਰੇ ਜੋ ਕਿਉਂ ਨਾ, ਮੈਂ ਸਟਾਈਲ ਸ਼ੁਰੂ ਤੋਂ ਹੈਗਾ ਉਹ ਮਿਆਰੀ, ਜਿਹੜੀ ਕਮੇਡੀ ਵੀ ਕਰੀ ਉਹਨਾਂ ਨੇ ਮਿਆਰੀ ਕਰੀ ਹੈ ਜੀ ਜੀ, ਉਸ ਚੰਗੇ ਜਿਹੜੇ ਗੀਤ ਸੀ ਮੇਰੇ ਜੀ, ਉਹ ਐਪਰੀਸ਼ੀਏਟ ਵੀ ਕਰਦੇ ਸੀ ਜੀ ਜੀ ਜੀ, ਕਮਰਸ਼ੀਅਲ ਗੀਤਾਂ ਨੋਕ ਝੋਕ ਵੀ ਕਰਦੇ ਸੀ ਵਿੱਚ ਜੀ ਜੀ। ਹਾਂਜੀ ਹਾਂਜੀ, ਮਤਲਬ ਜ਼ਿਆਦਾ ਜਿਹੜੇ ਜਿਹੜਾ ਕੇਵਲੇ ਤੁਹਾਡਾ ਲਿਖਿਆ ਹੋਇਆ ਗੀਤ ਤੇ ਕਿਸੇ ਹੋਰ ਗਾਇਕ ਨੇ ਗਾਇਆ ਹੋਵੇ, ਤੇ ਮਾਨ ਸਾਹਿਬ ਨੂੰ ਉਹ ਗਾਣਾ ਕਈ ਪਸੰਦ ਵੀ ਸੀ ਤੇ ਕਈ ਥੋੜਾ ਜਿਹਾ ਉਸ ਤੇ ਕਿੰਤੂ ਪਰੰਤੂ ਕਰ ਦਿੰਦੇ ਸੀ,
ਪਸੰਦ ਗਾਣਾ ਕਿਹੜਾ ਸੀ ਜ਼ਿਆਦਾ ਉਹਨਾਂ ਦਾ ਜਿਹੜਾ ਤੁਹਾਡੇ ਵੱਲੋਂ ਲਿਖਿਆ ਹੋਇਆ ਗਾਇਕ ਗੀਤ ਜੀ? ਇਸ ਤਰ੍ਹਾਂ ਦੇ ਕੋਈ ਦਾਜ ਪ੍ਰਤੀ ਕੁੱਖ ਚ ਨਾ ਕਤਲ ਕਰਾ ਜੀ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਦੇ ਕੁਛ ਗਾਣੇ ਮੇਰੇ ਜੀ, ਇਸ ਤਰ੍ਹਾਂ ਦੇ ਗਾਣੇ ਉਹਨਾਂ ਨੂੰ ਜ਼ਿਆਦਾ ਲਾਇਕ ਕਰ। ਤੇ ਹੁਣ ਕੁਛ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਲਿਖਤ ਤੁਹਾਡੀ ਜਾਰੀ ਹੈ, ਤੇ ਕੁਛ ਆ ਰਿਹਾ ਜੀ ਆਉਣ ਵਾਲੇ ਸਮੇਂ ਚ ਤੁਹਾਡੀ ਕੋਈ ਲਿਖਤ ਕੋਈ? ਮੈਂ ਹਾਂ ਜੀ, ਕਵਿਤਾਵਾਂ ਦੀ ਕਿਤਾਬ ਛਪਾਵਾਂਗੇ ਬਹੁਤ ਜਲਦੀ ਜੀ। ਜੀ 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 ਹਾਂਜੀ ਹਾਂਜੀ, ਚਲੋ ਬਿਲ ਸਾਹਿਬ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭੁੱਲੋ ਸਾਹਿਬ। ਗੀਤਕਾਰ ਬਚਨ ਬੇਦਿਲ ਸਾਹਿਬ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਤਾਂ ਰਹੀਆਂ ਹੀ ਉਹਨਾਂ ਦੇ ਜ਼ਿਹਨ ਦੇ ਵਿੱਚ, ਪਰ ਅੱਗੇ ਵੀ ਛੇਤੀ ਨਵੇਂ ਸਾਲ ਮੌਕੇ ਮੁਲਾਕਾਤ ਹੋਏਗੀ ਔਰ ਪੰਜਾਬੀ ਸੱਭਿਆਚਾਰ ਔਰ ਵਿਰਸੇ ਨੂੰ ਲੈ ਕੇ ਹੋਰ ਕੀ ਕੁਝ ਇਸ ਖੇਤਰ ਵਿੱਚ ਸਰਕਾਰੀ ਪੱਧਰ 'ਤੇ ਕੀਤਾ ਜਾ ਸਕਦਾ ਹੈ, ਇਸ ਬਾਰੇ ਸਲਾਹ ਮਸ਼ਵਰੇ ਵੀ ਆਉਣ ਵਾਲੇ ਸਮੇਂ 'ਚ ਹੋਣਗੇ। ਗੀਤਕਾਰ ਬਚਨ ਬੇਦਲ ਸਾਹਿਬ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਜਦੋਂ ਮੁਲਾਕਾਤ ਹੋਈ ਤਾਂ ਕੀ ਰਣਨੀਤੀ ਬਣਾਈ ਜਾਣੀ ਚਾਹੀਦੀ ਹੈ, ਕਲਾਕਾਰ ਭਾਈਚਾਰੇ ਵਾਸਤੇ ਔਰ ਸੱਭਿਆਚਾਰ ਨੂੰ ਸਾਂਭਣ ਵਾਸਤੇ ਕਿਹੜੀਆਂ ਗੱਲਾਂ ਦੀ ਹੋਰ ਲੋੜ ਹੈ, ਪੰਜਾਬ ਸਰਕਾਰ ਇਸ ਮਸਲੇ ਵਿੱਚ ਕੀ ਕਰੇ, ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਔਰ ਸੜਕ ਕਿਨਾਰੇ ਹੋਈ ਮੁਲਾਕਾਤ ਉਹਨਾਂ ਨੇ ਦੱਸਿਆ ਕਿ ਯਾਦਗਾਰ ਬਣ ਗਈ ਹੈ।